ਹੋਰ ਗੁੱਡਾ ਫੜ ਲਿਆ ਵੇਖ ਲਓ, ਵੱਡਾ ਵਾ, ਦੋ ਤਿੰਨ ਹੋਰ ਫੜ ਲਿਆ, ਇੱਕ ਉਹਨਾਂ ਨੇ ਫੜਿਆ ਯਾਰ ਇੰਡੀਆ ਪਾਕਿਸਤਾਨੀ ਡਿਜ਼ਾਈਨ ਵਾਲਾ ਫੜਾ ਮੇਰਾ ਗੁੱਡਾ। ਇੱਕ ਇਹ ਵੀ ਤਿੰਨ ਤਾਂ ਵਹੀ ਹੈ ਜਰਾ ਵੱਡੇ ਵੱਡੇ ਉੱਡ ਦੇਵੇ ਵੀਰੇ ਡੋਣੇ ਜੇ ਕੱਲ ਸਾਰੇ ਜਰਾ ਪਤੰਗਾ ਵਾ ਬਾਕੀ ਥੱਲੇ ਪਈ ਆ ਬਾਕੀ ਥੱਲੇ ਆਹ ਪਤੰਗ ਲੁੱਟੀ ਸੀ ਉਦਣ ਹਾਂਜੀ ਸਤਿ ਸ਼੍ਰੀ ਅਕਾਲ ਗਾਈਜ਼, ਕੀ ਹਾਲ ਚਾਲ ਸਾਰਾ ਦਾ, ਹੋਪ ਕਰਦਾ ਵਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ, ਤਾਂ ਮੈਂ ਵੀ ਠੀਕ ਹਾਂ। ਵੈਲਕਮ ਬੈਕ ਟੂ ਮਾਈ ਚੈਨਲ ਗਾਈਜ਼, ਖੜ ਜਾ ਖੜ ਜਾ। ਅਤੇ ਗਾਈਜ਼ ਅੱਜ ਅਸੀਂ ਲੈ ਕੇ ਆਏ ਹਾਂ ਅਰੋੜਾ ਗਾਈਡ ਸਟੋਰ ਤੋਂ ਆਹ ਵਾਲਾ ਨਿਊ ਇੰਡੀਆ ਦਾ ਗੱਟੂ, ਆਹ ਵੇਖੋ ਯਾਰ ਅਤੇ ਨਾਲ ਆਹ ਭਰਾ ਵਾ ਦੋਵੇਂ। ਯਾਰ ਕੱਲ੍ਹ ਲੋਹੜੀ ਆ, ਅੱਜ 12 ਤਰੀਕ ਆ, ਸਿਰਫ 3-4 ਘੰਟੇ ਰਹਿ ਗਏ ਆ ਲੋਹੜੀ ਦਾ, ਲੋਹੜੀ ਵਾਲਾ ਦਿਨ ਚੜ੍ਹਨ ਨੂੰ। ਬਾਕੀ ਆਪਣੇ ਫੁੱਲ ਤਿਆਰੀ ਆ, ਜਾਂ ਗੁੱਡੀਆਂ ਵਾਲਾ ਲਿਫਾਫਾ ਲੈ ਗਿਆ ਉਧਰੋਂ, ਅਤੇ ਇਹਨੂੰ ਕੱਲ੍ਹ ਅਨਬੋਕਸ ਕਰਾਂਗੇ ਅਸੀਂ ਤੁਹਾਡੇ ਸਾਹਮਣੇ, ਗੱਟੂ ਨੂੰ ਅਨਬੋਕਸ ਕਰਾਂਗੇ ਅਤੇ ਵਿਖਾਵਾਂਗੇ ਤੁਹਾਨੂੰ ਕਿਹੋ ਜਿਹੀ ਡੋਰ ਆ। ਅਵੇਲੇ ਯਾਰ ਕੋਟਨ ਦਾ ਥਰੈਡ ਆ, ਕੋਈ ਚਾਈਨਾ ਡੋਰ ਨਹੀਂ ਵਰਤੀ ਗਈ, ਮੈਂ ਕਿਹਾ ਚਲੋ ਇੱਕ ਵਾਰੀ ਆ ਵੀ ਵਰਤ ਲਈਏ। ਨਿਊ ਇੰਡੀਆ ਵਾ, ਨਿਊ ਇੰਡੀਆ ਗੱਟੂ ਦਾ ਨਾਮ ਆ, ਪੂਰੀ ਹੱਥ ਮਚਾਉਣੀ ਆ, ਇਹ ਤਾਂ ਕੱਲ੍ਹ ਪਤਾ ਲੱਗੂਗਾ। ਅਤੇ ਇਹਦਾ ਮਰੂਨ ਕਲਰ ਆਇਆ ਵਾ, ਅਤੇ ਆਹ ਵੇਖ ਲਓ, ਅਤੇ ਗੁੱਡੀਆਂ ਦਾ ਲਿਫਾਫਾ ਵੇਖ ਲਓ। ਹਾਂਜੀ ਸਤਿ ਸ਼੍ਰੀ ਅਕਾਲ ਗਾਈਜ਼, ਕੀ ਹਾਲ ਚਾਲ ਸਾਰਾ ਦਾ, ਹੋਪ ਕਰਦਾ ਵਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ, ਤਾਂ ਮੈਂ ਵੀ ਠੀਕ ਹਾਂ। ਵੈਲਕਮ ਬੈਕ ਟੂ ਮਾਈ ਚੈਨਲ ਗਾਈਜ਼। ਅਤੇ ਗਾਈਜ਼ ਅੱਜ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੈਪੀ ਲੋਹੜੀ। ਅਤੇ ਯਾਰ ਯਾਰ ਹੁਣ ਤਿਆਰ ਸ਼ਿਆਰ ਹੋ ਗਏ ਆ, ਇਹਦੇ ਵਾਲਾ ਵੀ ਹੈਪੀ ਲੋਹੜੀ ਸਾਰਿਆਂ ਨੂੰ। ਅਤੇ ਯਾਰ ਧੁੰਦ ਬਹੁਤ ਹੀ ਜ਼ਿਆਦਾ ਵਾ, ਹਵਾ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈਗਾ। ਸਵੇਰੇ ਸਵੇਰੇ ਪੇਚੇ ਇਕੱਲੇ ਹੀ ਹਵਾ ਚੱਲਦੀ ਵੀ ਸੀ, ਹੁਣ ਨਹੀਂ ਗਈ ਯਾਰ, ਇੰਨੀਆਂ ਕਹਿਣਾ ਕੀ ਚੱਲਣੀ ਆ। ਅਤੇ ਆਹ ਗੱਟੂ ਵੀ ਆਹੀ ਅਨਬੋਕਸ ਕੀਤਾ ਸੀ, ਆਹ ਵਾਲਾ ਸਵੇਰੇ ਸਵੇਰੇ ਘੱਲਿਆ ਸੀ ਯਾਰ, ਡੋਰ ਇੰਨੀ ਵੀ ਜ਼ਿਆਦਾ ਤਿੱਖੀ ਹੈ ਨਾ, ਇੰਨਾ ਹੁਣੇ ਖਿੰਚੀ ਮਾਰ ਵੀ ਆ ਗਏ। ਆਹ ਵੇਖ ਲਓ ਛੱਲੇ ਬਣਦੇ ਵੇ ਡੋਰ ਦੇ, ਹੈਂ ਲਾਉਣਾ ਹੀ। ਉਹ ਵੇਖ ਲਓ ਚ ਰੱਖੜੀ ਲੈ ਕੇ ਆਇਆ ਤਾਂ ਗੰਡੋ ਘੜੀ ਸੀ ਡੋਰ 'ਚ ਲਾਉਂਦੇ ਆ ਜੇ ਵਿੱਚ, ਚੱਲ ਜਾ ਗੁੱਡੀ ਲੈ ਕੇ ਆ, ਛੋਟੀ ਗੁੱਡੀ ਲੈ ਕੇ ਆ, ਕੋਈ ਨਾ ਇੱਕ ਲੈ ਆ ਯਾਰ, ਮੋਲ ਜਨਤਾ ਸਾਰੀ ਵਿਹਲੀ ਬੈਠੀ ਆ, ਬਸ ਹਵਾ ਚੱਲੇ ਤੇ ਕਦੋਂ ਗੁੱਡੀ ਉੱਡੇ ਯਾਰ। ਇੱਕ ਤੇ ਧੁੰਦ ਨੇ ਬੜਾ ਬੇੜਾ ਕਰਕੇ ਕੀਤਾ ਆ, ਪਹਿਲਾਂ ਧੁੰਦ ਥੋੜੀ ਸੀ ਹੁਣ ਹੋਰ ਸੰਘਣੀ ਹੋ ਗਈ ਆ, ਪਰ ਚਲੋ ਕੋਈ ਨਾ ਹੁਣ ਅਸੀਂ ਵੇਚੇ ਲਾਉਂਦੇ ਆ। ਉੱਧਰ ਵੀ ਮਾੜੀ ਮਾੜੀ ਗੁੱਡੀ ਉੱਡ ਗਈ ਆ, ਡਾ ਗੁੱਡੀ ਮੈਂ ਆਹੀ ਗੱਟੂ ਨਾ ਉਹਦੀ ਗੁੱਡੀ ਵੱਢਾਂਗੇ। ਬਾਕੀ ਤੁਸੀਂ ਵਲੋਗ ਨੂੰ ਸਕਿੱਪ ਨਾ ਕਰਿਓ, ਬਹੁਤ ਮਜ਼ਾ ਆਉਣ ਵਾਲਾ ਜੇ ਅੱਜ ਦਾ ਵਲੋਗ 'ਚ, ਗੁੱਡੀਆਂ ਗੁੱਡੀਆਂ ਡਾਉਣੀਆਂ ਭਾਵੇਂ ਵਾਹ ਹੋਵੇ ਭਾਵੇਂ ਨਾ ਹੋਵੇ। ਬਾਕੀ ਆਪਾਂ ਸੇਫਟੀ ਵਾਸਤੇ ਟੇਪਾਂ ਵੀ ਲਾ ਲਈਆਂ ਹੋਈਆਂ ਵਾ ਯਾਰ, ਆਹ ਫੱਟ ਵੀ ਗਈ ਥੋੜ੍ਹੀ ਜਿਹੀ, ਅਤੇ ਡਾਉਣੇ ਗੁੱਡੀ ਗਾਈਸ। ਅਸੀਂ ਗੁੱਡੀ ਡਾਲਤੀ ਹੋਈ ਆ ਵੇਖੋ, ਉਹ ਯੈਲੋ ਜੀ ਵਾਲੀ, ਆ ਖਿੱਚਾ ਮਾਰ ਦਿੰਦਾ, ਫੜੀ 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 ਕੈਮਰਾ ਫੜੀ ਕੈਮਰਾ ਫੜੀ, ਆਈ ਬੋਈ ਦੁਆ
ਗਾਈਸ ਇੱਕ ਹੋਰ ਵਾਰਤੀ ਹੈ ਯਾਰ, ਇੰਡੀਆ ਦਾ ਗੱਟੂ ਬਹੁਤ ਹੀ ਜ਼ਿਆਦਾ ਘੈਂਟ ਜਿਹਾ, ਪੂਰਾ ਤਿੱਖਾ ਗੱਟੂ ਜੇ ਤੁਹਾਡੇ ਸਾਹਮਣੇ ਹੀ ਆ ਹੁਣ ਤੁਸੀਂ ਉਹ ਲੈ ਟੁੱਟ ਗਿਆ ਜੀ ਲੈ ਗੁੱਡਾ ਹੀ ਟੁੱਟ ਗਿਆ ਜੀ ਯਾਰ। ਆਹ ਵੇਖੋ ਇਹਦਾ ਇੱਕ ਕੰਮ ਬਹੁਤ ਮਾੜਾ, ਕੜੇਕ ਲੱਗ ਜਾਂਦੇ ਨਾ ਆਹ ਵਾਲੇ ਜਿਹੜੇ। ਚਲੋ ਹੁਣ ਆਪਾਂ ਦੂਜੀ ਗੀ ਡਾਨੇ ਆ ਤੇ ਗਾਈਸ ਉਹਨੇ ਸਪੀਕਰ ਲਾ ਵੀ ਦਿੱਤੇ ਆ ਵੇਖੋ। ਤੇ ਯਾਰ ਹੁਣ ਆਪਾਂ ਦੂਜਾ ਗੁੱਡੇ ਡਾਉਣ ਲੱਗੇ ਹਾਂ ਤੇ ਯਾਰ ਹੁਣ ਉਹਨਾਂ ਨਹੀਂ ਡਾਉਣਾ ਹੀ, ਹੁਣ ਡਾਵਾਂਗੇ ਤੇ ਹੁਣ ਇੰਨਾ ਹੀ ਡਾਵਾਂਗੇ। ਤੇ ਗਾਈਸ ਗੁੱਡਾ ਨਹੀਂ ਡਾਤਾ ਆ ਵੇਖੋ। ਹੁਣ ਪਿੱਛੇ ਵੀ ਮਾੜੀ ਮੋਟੀ ਗੁੱਡੀ ਗੁੱਡੀ ਲਾਪੀ ਟਾਈਮ ਪਾਸ ਲਈ, ਹੁਣ ਵਾਹ ਚੱਲੀ ਥੋੜ੍ਹੀ ਥੋੜ੍ਹੀ, ਪਰ ਆਪਣੇ ਗੁੱਡੇ ਨੂੰ ਵਾਹ ਨਹੀਂ ਲਾਉਂਦੀ ਵੀ ਉਹ ਵੇਖੋ ਉਹ ਸਪੀਕਰ ਲਾ ਕੇ ਬਿਠਾ ਜੀ ਆਹ ਤਾਂ ਫਟ ਹੀ ਗਿਆ ਯਾਰ। ਚਲੋ ਹੁਣ ਉਹਨਾਂ ਵਿੱਚ ਚਲਾਉਂਦੇ ਹਾਂ ਅਸੀਂ ਯਾਰ, ਮੈਂ ਇਕੱਲਾ ਹੀ ਗਾ ਕੋਠੇ 'ਤੇ ਤਾਂ ਕਰਕੇ ਮੈਨੂੰ ਕੈਮਰਾ ਫੜਨ 'ਚ ਦਿੱਕਤ ਆਉਂਦੀ ਆ, ਪਰ ਚੱਲ ਆ ਵਿੱਚ ਆ ਚੱਲ ਆਈਏ ਯਾਰ। ਉਹ ਕੁੜੀ ਤਾਂ ਵੱਡੀ ਗਈ ਸੀ ਅਤੇ ਫਿਰ ਆਪਾਂ ਪੂਰਾ ਲਿਫਾਫਾ ਹੀ ਲੈਂਦਾ ਯਾਰ, ਕੀ ਮਿੰਟ ਬਾਅਦ ਥੱਲੇ ਜਾਈਏ ਤਾਂ ਕਰਕੇ ਅਸੀਂ ਪੂਰਾ ਲਿਫਾਫਾ ਹੀ ਲੈਂਦਾ ਕੋਠੇ ਅਤੇ ਯਾਰ ਛੋਟੀ ਕੁੜੀ ਡਾਉਂਦੇ, ਵੱਡੀਆਂ ਤਾਂ ਵਧਾ ਲਈਆਂ ਜਿੰਨੀਆਂ ਵਧਾਉਣੀਆਂ ਸੀ। ਵਾਹ ਵੀ ਬਹੁਤ ਸੋਹਣੀ ਚੱਲਣ ਲੱਗ ਪਈ ਯਾਰ, ਆਹ ਡਾਉਂਦੇ ਆਹ ਵਾਲਾ ਯੈਲੋ ਵਾਲਾ ਕੋਈ ਨਿਕਲ ਜਾ ਭਰਾ, ਇਹਨੂੰ ਵੀ ਬਾਹਰ ਹੀ ਰੱਖ ਦਿੰਦੇ ਹਾਂ, ਆਹ ਡਾਉਂਦੇ ਹਾਂ ਤਾਂ ਗਾਈਸ ਦੋ ਗੁੱਡੀਆਂ ਵੜਤੀਆਂ ਹੋਈਆਂ ਸੀ ਗੁੱਡੀ ਨਾ, ਆਹ ਵੇਖ ਲਓ ਉਹ ਲੱਗੀ ਜੀ ਆਪਣੀ ਗੁੱਡੀ, ਹਵਾ ਤਾਂ ਯਾਰ ਇੰਨੀ ਸੋਹਣੀ ਚੱਲਦੀ ਵੀ ਨਾ ਵੇਖ ਲਓ, ਬਸ ਨਿਸ਼ਾਨ ਸਾਹਿਬ ਨਹੀਂ ਘੁੰਮਦਾ ਪੱਤੇ ਵੇਖ ਲਓ ਯਾਰ, ਕਿਤੇ ਗੁੱਡਾ ਖਰਾਬ ਕਰਦਾ ਪਿਆ ਵਾ। ਅਤੇ ਗਾਈਸ ਜਿਹੜੀ ਆਪਾਂ ਗੁੱਡਾ ਯਾਰ ਉਹ ਤਾਂ ਵੱਢੀ ਗਈ ਆ, ਉਹ ਵੀ ਵੱਢੀ ਨਹੀਂ ਆਉਣੀ ਸੀ ਭਰਚ ਕੇ ਵੱਢੀ ਗਈ ਆ ਯਾਰ, ਉਹ ਵੀ ਨਾਲ ਰਗੜੇ ਪੈ ਗਏ, ਪਰ ਤੁਸੀਂ ਮੰਨੋਗੇ ਨਹੀਂ ਮੈਂ ਇੱਕ ਗੁੱਡੀ ਨਾ 15 ਗੁੱਡੀਆਂ ਵੱਢੀਆਂ ਇੱਕ ਗੁੱਡੀਆਂ। ਅਤੇ ਯਾਰ ਇੱਕ ਖਡਾਇਆ ਸੀ ਉਹ ਵੀ ਇੱਥੋਂ ਹੀ ਟੁੱਟ ਗਿਆ ਯਾਰ, ਕੜੇਕ ਲੱਗੇ ਹੋਏ ਡੋਰ ਨੂੰ ਨਾ, ਉਹ ਵੀ ਇੱਥੋਂ ਹੀ ਨਿਕਲ ਗਿਆ, ਬਾਕੀ ਗੁੱਡੀ ਗਾਡੀ ਵੱਧ ਉੜ ਪਈ ਆ, ਇੱਧਰਲੀ ਸਾਈਡ ਨਹੀਂ ਗਈ ਇੱਧਰ ਹੈਗੀ ਆ ਵੇਖੋ ਯਾਰ ਗੁੱਡਾ ਗੜੀ 'ਚ ਡਿੱਗਾ ਸੀ, ਤੇਰਾ ਭਰਾ ਲੈ ਆਇਆ ਥੱਲੇ ਜਾ ਕੇ, ਇਹ ਭਰਾ ਲੋਹੜੀ ਵਾਲੇ ਦਿਨ ਵੀ ਮੰਗੀ ਜਾਂਦੇ ਸੀ ਗੁੜੀਆਂ। ਯਾਰ ਵੱਡੀ ਗੁੜੀ ਡਾਉਂਦੀ ਵਾਹ ਬਿਲਕੁਲ ਹੀ ਨਹੀਂ ਗਈ, ਵੇਖ ਲਓ ਸਾਰੇ ਨਿੱਕੀਆਂ ਹੀ ਡਾਉਂਦੇ ਆ, ਉਹ ਵੀ ਧੱਕੇ ਨਾਲ ਹੀ, ਉਹ ਵੇਖ ਲਓ ਉਹ ਲੈ ਆਇਆ ਜੇ ਉਹ ਬਰਾਊਨ ਵਾਲਾ ਵੇਖ ਲਓ ਗੁੱਡਾ ਗਲੀ ਅਡਗਾ, ਹਾਂ ਗੁੱਡੀ ਦੇ ਲਿਆ ਡਾਈਏ ਵੇਖਿਆ, ਆਹ ਵੀ ਗੁੱਡੀ ਗਲੀ 'ਚ ਪਈ ਸੀ, ਆਹ ਵੀ ਚੁੱਕ ਲਿਆਇਆ, ਆਪਣੀਆਂ ਡਾਉਂਦੇ ਨਹੀਂ ਪਤਾ ਨਹੀਂ ਕਿਹੜਾ ਸੰਚ ਡਾਉਣੀਆਂ ਇਹਨਾਂ ਨੇ।
ਪਤਾ ਨਹੀਂ ਕਿਹੜੇ ਸਾਂਝੇ ਡਾਉਣੀਆਂ ਇਹਨਾਂ ਨੇ ਗੁੱਡੀਆਂ ਆਪਣੀਆਂ। ਆਡ ਹੁੰਦੇ ਯਾਰ, ਆਡ ਹੁੰਦੇ ਯਾਰ, ਆਹ ਗੁੱਡਾ ਬੜਾ ਲੱਗੀ ਜੀ ਆਹ। ਉਹ ਵੀ ਡਾਉਂਦੇ ਜੀ, ਵੇਖ ਲਓ ਯਾਰ ਵਾਹ ਨਾ ਡਾਇਰੈਕਸ਼ਨ ਚੇਂਜ ਕਰਦੀ ਵੀ ਆ, ਪਹਿਲਾਂ ਇੱਧਰ ਦੀ ਹੋਈ ਫਿਰ ਹੌਲੀ ਹੌਲੀ ਕਰਦੇ ਇੱਧਰ ਦੀ, ਅਤੇ ਹੁਣ ਵੇਖ ਲਓ ਕਿੱਧਰ ਦੀ ਆ, ਇੱਧਰ ਦੀ ਹੋ ਗਈ ਹੈ, ਹੁਣ ਵੇਖਦੇ ਹਾਂ ਕਿੱਧਰ ਦੀ ਹੁੰਦੀ ਹੈ। ਹੋਵੇ ਡਾ ਨਾ ਮਾਮਾ ਇਹਨੂੰ ਸਾਂਭ ਕੇ ਰੱਖਣੀਆਂ ਜੀ। ਕਿਹੜਾ ਗੁੱਡਾ ਲੈ ਅਤੇ ਆਹ ਲੈ, ਆਹ ਮੇਕਅਪ ਵੀ ਆ ਪੂਰਾ ਨਵਾਂ ਵਾ, ਇੱਕ ਹੋਰ ਲਿਆਉਣਾ, ਇੱਕ ਹੋਰ ਪਿਆ ਹੋਇਆ ਥੱਲੇ, ਆਵੇ ਫਟ ਵੀ ਗਿਆ ਇਸ ਸਾਈਡ ਤੋਂ, ਚੱਲ ਪੇ ਚੱਲ ਆਉਣਾ ਹੀ ਫਿਰ। ਆਵੇ ਚਲੋ ਯਾਰ ਪਹਿਲਾਂ ਅਸੀਂ ਛੁੱਟੀ ਡਾਈਏ, ਖਿੰਚੇ ਖੁੰਚੇ ਮਾਰੀਏ, ਵੱਜਣੇ ਰਹੇ ਹੈ ਨਹੀਂ ਪਰ ਕੋਸ਼ਿਸ਼ ਯਾਰ। ਮੇਰਾ ਆਹ ਸੱਜਾ ਹੱਥ ਨਾ, ਸੱਜਾ ਹੱਥ ਸੁੰਨ ਹੈਗਾ ਪੂਰਾ, ਗੁੱਡੀਆਂ ਦੇ ਛੇਕ ਵੀ ਨਹੀਂ ਆਉਂਦੇ, ਆਹ ਹੱਥ ਸੁੰਨ ਹੈਗਾ ਪੂਰਾ ਯਾਰ, ਕੱਟੂ ਵੀ ਥੋੜ੍ਹਾ ਹੀ ਰਹਿ ਗਿਆ। ਵੇਖੋ ਇੱਕ ਪਿਆ ਔਰੇਂਜ ਉਹ ਲਿਫਾਫੇ 'ਚ, ਅਤੇ ਕਾਹ ਵਾ ਵਾਧੂ ਸਰ ਜਾਣਾ ਆਪਣਾ, ਵਿਖਾਈਏ ਕਮੰਡ ਆਹ ਵੇਖੋ ਕੀ ਬਣ ਗਿਆ ਜੀ, ਥੋੜ੍ਹੀ ਜਿਹੀ ਇੱਧਰੋਂ ਗਿੱਲੀ ਹੋ ਗਈ। ਆਹ ਮੈਂ ਡਾਲਾਂ, ਮੈਂ ਨਾ ਤੁਹਾਨੂੰ ਕਿਹੜੀ ਮਿਹਨਤ ਲੱਗੀ ਤੇਰੀ ਇਹ 'ਚ, ਚਾਚੂ ਕੋ ਪਵਾ ਲਿਆ। ਚੱਲ ਯਾਰ ਡਾਲਾ, ਆਪਾਂ ਆਪਣੀ ਡਾਉਂਦੇ ਹਾਂ। ਯਾਰ ਇੱਥੇ ਮੈਨੂੰ ਪੈਸੇ ਖਰਚਣਾ ਥੋੜ੍ਹੇ ਜਿਹੇ ਬੇਕਾਰ ਹੀ ਲੱਗੇ, ਕਿਉਂਕਿ ਇੰਨਾ ਚੰਗਾ 10 ਵਾਲੀ ਪੌਣੀ ਗੁੱਡੀ ਲੈ ਲੈਂਦੇ ਉਹ ਸਹੀ ਸੀ, ਪਰ ਚਲੋ ਕੋਈ ਨਾ, ਕਿਸੇ ਡਿਜ਼ਾਇਨ ਸੋਹਣਾ ਹੈਗਾ ਇਹਦਾ ਯਾਰ, ਹੁਣ ਤਲਾਵਾਂ ਪਾਈਏ ਗੁੱਡੀ ਦੀਆਂ। ਅਤੇ ਫਾਈਨਲੀ ਗਾਈਸ ਤਲਾਵਾਂ ਦੇ ਪਾਲੀਆਂ ਹੋਈਆਂ ਯਾਰ, ਤੁਹਾਨੂੰ ਗਾਣਾ ਲੱਗਾ ਹੋਇਆ ਪਿੱਛੇ ਸ਼ੁਭ ਦਾ ਕਿੰਗ ਸ਼ਿਟ, ਸ਼ਾਇਦ ਆਵਾਜ਼ ਆਉਂਦੀ ਹੋਗੀ ਤੁਹਾਨੂੰ। ਆ ਕੈਮਰਾ ਫੜ, ਉਹ ਟੇਪ ਲਾਂਚ ਬਿਜ਼ੀ ਹੈ ਕਹਿੰਦਾ ਮੈਂ, ਵਿਹਲਾ ਨਹੀਂ ਆ। ਯਾਰ ਉਹ ਤਾਂ ਬਿਜ਼ੀ ਹੈਗਾ ਵਾ, ਚਲੋ ਆਪਾਂ ਆਪ ਹੀ ਡਾਲ ਲੈਂਦੇ ਹਾਂ। ਹਵਾ ਤੋਂ ਬਾਅਦ ਪਹਿਲੀ ਗੁੱਡੀ ਲਗਾ ਸਟਾਰਟ।
ਤੇ ਗਾਈਸ ਹੁਣ ਉਹ ਕਿੱਡਾ ਹੁੰਦੇ ਵਾ ਉਹ ਵੇਖੋ ਆ ਕੈਮਰਾ ਫੜ ਮੈਂ ਤਾਂ ਖੇਡਾਂ ਬਹੁਤ ਇੱਕ ਨਹੀਂ ਖਿੱਚੀ ਨਹੀਂ ਕੈਮਰਾ ਫੜ ਕੈਮਰਾ ਫੜ ਆਪ ਸਮਝਾਤੀ ਹੂੰ ਕਿੱਥੇ ਫਸਾਈ ਮੈਂ ਕਿੱਥੇ ਆ ਗਈ ਤਾਂ ਆ ਗਈ ਚਲਦੇ ਚਲਦੇ ਆ 4 ਘੰਟੇ ਹੋ ਚੁੱਕੇ ਆ ਆ ਬਈ ਆਪਣੀ ਗੁੱਡੀ ਯਾਰ ਹੁਣੇ ਡਾਈ ਸੀ ਫੇਰ ਮਾੜੀ ਜੀ ਉਹ ਮੁੰਡੇ ਦੀ ਗੁੱਡੀ ਵੱਡੀ ਸੀ ਉਹ ਵਾਲੇ ਦੀ ਉਹ ਜਿਹੜਾ ਨੀਡੀ ਗੀਡਾ ਹੁੰਦੇ ਆ ਯਾਰ ਇੱਕ ਤਾਂ ਮੇਰੀ ਧੋਣ ਬੜੀ ਪੀੜ ਹੁੰਦੀ ਆ ਕੀ ਆ ਯਾਰ ਗਾ ਥੋੜੀ ਰੈਸਟ ਕਰ ਲਈ ਆ ਨਾਲੇ ਬਾਵਾ ਮਾਰ ਮਾਰ ਕੇ ਥੱਕ ਗਈ ਬਾਹ ਵੀ ਪੀੜ ਹੋਣ ਲੱਗ ਪਈ ਆ ਯਾਰ ਜਿਹੜਾ ਇੰਡੀਆ ਦਾ ਗੱਡੂ ਹੋਣਾ ਉਹ ਬੜਾ ਘੈਂਟ ਜੇ ਉੱਤੋਂ ਉਹਦੇ ਆ ਕੇ ਜੇ ਥੱਲੇ ਨੂੰ ਫੇਂਚਾਂ ਮਾਰੀ ਨਾਲ ਵੱਢੀ ਜਾਂਦੀ ਅਗਲੇ ਦੀ ਬੜਾ ਹੀ ਘੈਂਟ ਕੀਤੀ ਜੇ ਪਰ ਉਹ ਇੱਕ ਵਾਰੀ ਅਤੇ ਨੁਕਸਾਨ ਹੀ ਕਹਿ ਸਕਦੇ ਜੇ ਕਿ ਆਹ ਜਿਹੜਾ ਗੱਟੂ ਹੋਣਾ ਇਹਦਾ ਸਿਰਫ ਇੱਕ ਚੀਜ਼ ਮਾੜੀ ਆ ਜਿਵੇਂ ਮਾੜਾ ਜਿਹਾ ਕੜਿੱਕ ਲੱਗ ਜੇ ਨਾ ਐਂ ਕੀਤਾ ਨਾਲ ਹੀ ਟੁੱਟ ਜਾਣੀ ਉਹ ਹੁਣੇ ਮੇਰਾ ਤੁਸੀਂ ਵੇਖਿਆ ਸੀ ਉਹ ਪਾਕਿਸਤਾਨੀ ਡਿਜ਼ਾਇਨ ਵਾਲਾ ਗੱਡੀ ਟੁੱਟਾ ਸੀ ਉਹ ਗੁੱਡਾ ਟੁੱਟਾ ਸੀ ਤੁਸੀਂ ਵੇਖਿਆ ਹੋਣਾ ਅਤੇ ਯਾਰ ਬਸ ਹੁਣ ਬੈਠੀਆਂ ਚਾਹ ਰਾਡਰ ਦੇਤਾ ਹੋਇਆ ਵਾ ਚਾਹ ਮਾਜੀ ਵੀ ਥੱਲੇ ਤੇ ਗਾਈਸ ਤੁਹਾਨੂੰ ਕਿਹਾ ਸੀ ਨਾ ਕਿ ਜਦੋਂ ਵੀ ਮਾੜੀ ਹਵਾ ਚੱਲੇ ਤਾਂ ਉਸ ਵੇਲੇ ਸਾਰਿਆਂ ਨੇ ਗੁੱਡੀਆਂ ਡਾਲ ਆਪਣੀਆਂ ਵੇਲੋ ਸਾਰੀ ਜਨਤਾ ਵਿਹਲੀ ਵੀ ਜੀ ਅਤੇ ਅਸੀਂ ਵੀ ਵਿਹਲੇ ਬੈਠੇ ਅਸੀਂ ਵੀ ਡਾਲੀ ਫਿਰ ਆ ਵੇਖੋ ਕਿੰਨੀ ਗੁੱਡੀ ਗੁੱਡਾ ਲਾਪੀ ਵੇਚਦੀਆਂ ਵੇਚਦੀਆਂ ਜੀ ਮਾੜੀ ਜੀ ਹਵਾ ਚੱਲੀ ਬਸ ਵੇਖੋ ਫਿਰ ਬੰਦ ਹੋ ਗਈ ਪਰ ਚਲੋ ਹੁਣ ਨਹੀਂ ਲਾਉਣੀ ਡਾਂਦ ਹੁਣ ਜਦੋਂ ਵਢਾਵਾਂਗੇ ਉਦੋਂ ਅਸੀਂ ਫਿਰ ਲਾਵਾਂ ਉਹ ਤੋਂ ਬਾਅਦ ਹੀ ਦੂਜੀ ਡਾਵਾਂਗੇ ਆ ਚਿੱਟੀ ਨਾ ਹੁੰਦੇ ਵਿੱਚ ਕੈਮਰਾਮੈਨ ਜਲਦੀ ਫੋਕਸ ਕਰੋ ਕੈਮਰਾਮੈਨ ਜਲਦੀ ਫੋਕਸ ਕਰੋ ਫੋਕਸ ਫੋਕਸ ਫੜਾ ਫੜਾ ਕੈਮਰਾ ਫੜਾ ਛੇਤੀ ਛੇਤੀ ਕੈਮਰਾਮੈਨ ਜਲਦੀ ਤੇ ਗਾਈਸ ਉਹ ਆ ਸਾਡਾ ਕੋਠਾ ਤੇ ਹੁਣ ਅਸੀਂ ਆਏ ਆ ਦੂਜੇ ਕੋਠੇ ਤੇ ਵੇਖੋ ਕਿੱਡਾ ਹੁੰਦਾ ਜੇ ਫਿਰ ਹਵਾ ਬਿਲਕੁਲ ਵੀ ਨਹੀਂ ਹੈਗੀ ਤੇ ਇੱਧਰ ਪਤੰਗਾਂ ਉਹਦਾ ਭਰਾ ਤੂੰ ਅੱਲਾ ਫੜ ਲਾ ਤੇ ਇੱਧਰ ਪਤੰਗਾਂ ਸਾਰੀਆਂ ਤੇ ਕਾਹ ਵਾਲਾ ਗੁੱਡਾ ਵਾ ਆ ਕਿਹਨੂੰ ਖਿੰਚਾ ਮਾਰਨ ਲੱਗਾ ਵਾ ਲੈ ਉਹ ਵੜਤਾ ਹੀ ਆ ਰੋਜਾ ਮਛਲਾ ਵੜ ਲੈਂਦੇ ਮੈਂ ਡਾਕਟਰ ਟੇਬ ਲੈ ਗਿਆ ਭਰਾ ਖੁੱਲ੍ਹੀ ਨਹੀਂ ਉਹ ਉੱਥੋਂ ਹੀ ਉਹ ਮਾੜੀ ਇੱਥੇ ਆ ਵੀ ਉਂਗਲਾਂ ਤੋਂ ਲਾਈ ਉਹ ਤੋਂ ਬਾਅਦ ਖੁੱਲ੍ਹੀ ਨਹੀਂ ਪੁਰਾਣੀ ਕੀ ਹੈ ਕੀ ਦੀ ਇੰਨੀ ਮਹਿੰਗੀ ਦੱਸੀ ਨਾ ਕਿਸੇ ਨੂੰ ਠੀਕ ਆ ਬੈਂਕ 'ਚ ਪੈਸੇ ਕਢਾਏ ਆ ਇਹਦੇ ਲਈ
SBI ਚੜਾ ਗਿਆ ਭਰਾ ਆਹ ਮਗਰ 30 ਰੁਪਏ ਰਹਿ ਗਏ ਬਸ ਆ ਗੁੜਾ ਆਈ ਆ ਫੜ ਮਾਮਾ ਆ ਚੜਾ ਮੈਂ ਓਏ ਓਏ ਕੋਨ ਲੰਗਾ ਦੇ ਅੱਗੇ ਲੱਲਾ ਲੈ ਮੈਨੂੰ ਪਤਾ ਸੀ ਤੂੰ ਇੱਥੇ ਢੋਣਨੇ ਆ ਮਾਮਾ ਗੱਟੂ ਤੇ ਹਲੇ ਆਪਣਾ ਪੜਨਾ ਵਾ ਲੈ ਮੈਂ ਕਿਹਾ ਕਿ ਇੱਥੇ ਢੋਣਨੇ ਆ ਮੈਂ ਕਹਿੰਦਾ ਮੈਂ ਨਵਾਂ ਗੱਟੂ ਹਲੇ ਖੋਲਣਾ ਵਾ ਲੈ ਉਹ ਵੇਖੋ ਗੰਡੋ ਕੁੜੀ ਸੀ ਢੋਣਨੇ ਆ ਨੂੰ ਮਾਮਾ ਗੱਟੂ ਤੈਨੂੰ ਕਹਿੰਦਾ ਮੈਂ ਨਵਾਂ ਹਲੇ ਖੋਲਣਾ ਵਾ ਮੇਰਾ ਵੀ ਨਵਾਂ ਹੀ ਆ ਵੇ ਆ ਵੇ ਸਮਾਪਤੀ ਹੋਣ ਲੱਗੀ ਇਹਦੀ ਬਸ ਫਿਰ ਔਰੇਂਜ ਪੈ ਉਹ ਨਹੀਂ ਦੇਖੋ ਖੜਿਆ ਸੀ ਕਿਹੜਾ ਨਹੀਂ ਨਹੀਂ ਉਹ ਵੀ ਭਰਿਆ ਸੀ ਉਹ ਨਹੀਂ ਦਾਇਆ ਔਰ ਮੁੱਕ ਵੀ ਗਿਆ ਆ ਤੇ ਆ ਦੋ ਲੈ ਦਹੀ ਆਪਣੇ ਨਵੇਂ ਆ ਵੇਖੋ ਕਿੰਨੇ ਥੋੜੇ ਜਿਹੇ ਰਹਿ ਗਏ ਬਸ ਪੰਕੂ ਭਈਆ ਮੈਂ ਵੱਡਾ ਗੁੱਡਾ ਲੈ ਆਪਣੇ ਬੰਦੇ ਨੇ ਵੀ ਗੁੱਡਾ ਢਾਤਾ ਯਾਰ ਤੁਹਾਨੂੰ ਕਿਹਾ ਸੀ ਮਾੜੀ ਹਵਾ ਚੱਲਣੀ ਤੇ ਵੇਖ ਲਓ ਗੁੱਡੀ ਗੁੱਡੀ ਹੋ ਗਈ ਆਸਮਾਨ 'ਚ ਬਾਕੀ ਸਾਰੇ ਜਾਣੇ ਕੋਠੇ 'ਤੇ ਚੜੇ ਹੋਏ ਆ ਪੰਕਜ ਵੀਰੇ ਉਹਨਾਂ ਲਾਓ ਮਛਲੀ ਨਾ ਧੱਕੇ ਨਾ ਵਧਾਈ ਜਾਂਦੇ ਸਾਰੇ ਫੋਨ ਆਇਆ ਲਿਆ ਮੈਨੂੰ ਫੜਾ ਦਿਓ ਨਜ਼ਰ ਹੈਲੋ ਯਾਰ ਆ ਵੇਖੋ ਤੇ ਯਾਰ ਆ ਵੇਖੋ ਮੇਰੀ ਕਾਲੀ ਪੈਂਟ ਚਿੱਟੀ ਹੋ ਗਈ ਆ ਕਿੰਨੀ ਮਿੱਟੀ ਲੱਗ ਗਈ ਹੋਈ ਉੱਤੇ ਇੱਧਰ ਆ ਬਈ ਆਪਣੀ ਦੋਨੇ ਗਾਈਜ਼ ਹੁਣ ਅਸੀਂ ਮੰਜਾ ਢਾਇਆ ਹੋਇਆ ਵਾ ਅਤੇ ਇੱਧਰ ਕੋਲਡ ਡਰਿੰਕ ਵੇਖ ਲਓ ਆ ਵੀ ਆ ਗਿਆ ਜੀ ਬੁੱਢੀ ਗੱਡੀ ਮਾੜੀ ਮੋਟੀ ਉੱਡ ਗਈ ਆ ਬਸ ਆ ਪੀ ਕੇ ਫਿਰ ਅਸੀਂ ਵੀ ਡੋਨੇ ਹਾਂ ਗਾਈਜ਼ ਅਸੀਂ ਆਹ ਗੁੱਡਾ ਲੁੱਟ ਲਿਆ ਕੈਨੇਡਾ ਵਾਲਾ ਹੁਣ ਡੋਨੇ ਹਾਂ ਇਹਦੇ ਨੇੜ 'ਚ ਉੱਡਣਾ ਹੀ ਬਸ ਉਂਝ ਨਹੀਂ ਉੱਡਣਾ ਉਹ ਨੀਲੀ ਦਾ ਲਾਓ ਵਧੀਆ ਗੀ ਮੈਂ ਢਾਈ ਹੁਣੇ ਉਹ ਇੱਕ ਗੁੱਡਾ ਵੱਡਿਆ ਉਹ ਡਿੱਗਾ ਸਾਹਮਣੇ ਹੋਰ ਆ ਉਹ ਸਹਿਜ ਦਾ ਵੱਡਿਆ ਸੀ ਸਾਰਿਆਂ ਨੇ ਇੱਕ ਗੁੱਡੀ ਵਢਾ ਲਈ ਇੱਕ ਉਹਨੇ ਉਹਨਾਂ ਨੇ ਵਢਾ ਲਈ ਇੱਕ ਇਹਨੇ ਵਢਾ ਲਈ ਇੱਕ ਮੈਂ ਵਢਾ ਲਈ ਅਜੇ ਹਵਾ ਚੱਲੀ ਨੀ ਤਾਂ ਵੀ ਵਢਾ ਲਈ ਉਹ ਤੇ ਯਾਰ ਸਾਡਾ ਨਜਾਇਜ਼ ਹੀ ਗਿਆ ਹਰਾ ਤੋੜ ਲਿਆ ਯਾਰ ਅੱਗੋ ਕਿਸੇ ਨੇ ਆਵਲਾ ਔਰ ਨਜਾਇਜ਼ ਹੀ ਗਿਆ ਸਾਡਾ ਆ ਵੀ ਆਪਣਾ ਵੀਰੇ ਪੈਸੇ ਪੂਰੇ ਕਰੋ ਵੱਢਣਾ ਜੇ ਵੀਰੇ ਵਾਹ ਚੱਲ ਲਾਪੀ ਥੋੜੀ ਥੋੜੀ ਹੈ ਨਾ ਇਹ ਥੱਲੇ ਵੜ ਗਏ ਆਈ ਬੋਈ ਦਰਾ ਪਤੰਗਾ ਵਾ ਬਾਕੀ ਥੱਲੇ ਪਈਆ ਬਾਕੀ ਥੱਲੇ ਆਹ ਪਤੰਗ ਲੁੱਟੀ ਸੀ ਉਦਣ ਚਲੋ ਚਲੋ ਕੋਠੇ ਚਲੋ ਛੇਤੀ ਆ ਗਾਈ ਸਹੀ ਗੁੱਡਾ ਲੁੱਟ ਲਿਆ ਆ ਵੇਖੋ
ਕਿੱਡਾ ਵੱਡਾ ਏ ਆਪੜੋ ਲੈ ਕੇ ਤੂੰ ਨਾ ਮਨਾ ਕਿਹੜਾ ਸੀ ਤੇ ਆ ਕਿਹੜਾ ਗਿਆ ਆਪਾਂ ਯਾਰ ਕੈਨੇਡਾ ਗੁੱਡਾ ਆਇਆ ਸੀ ਪਿਛੋ ਚੜੁੰਮਣਾ ਸੀ ਰਾਹ ਚੜੁੰਮਿਆ ਕੇ ਡੋਰ ਪੈ ਗਈ ਇਹਦੀ ਗੁੱਡੀ ਤੇ ਯਾਰ ਇੰਨੀ ਜ਼ਿਆਦਾ ਉੱਡਦੀ ਵੀ ਨਾ ਮੈਂ ਕਹਿੰਦਾ ਆਸਮਾਨ ਕੋ ਵੀ ਟਾਈਮ ਲੈਣਾ ਪੈਣਾ ਗੁੱਡੀ ਰੱਖਣ ਲਈ ਤੇ ਗਾਇਸ ਅਸੀਂ ਇੱਕ ਹੋਰ ਗੁੱਡਾ ਫੜ ਲਿਆ ਵੇਖ ਲਓ ਵੱਡਾ ਵਾ ਦੋ ਤਿੰਨ ਹੋਰ ਫੜ ਲਿਆ ਇੱਕ ਉਹਨਾਂ ਨੇ ਫੜਿਆ ਯਾਰ ਇੰਡੀਆ ਆਹ ਪਾਕਿਸਤਾਨੀ ਡਿਜ਼ਾਈਨ ਵਾਲਾ ਫੜਾ ਮੇਰਾ ਇਹ ਵੀ ਤਿੰਨ ਤਾਂ ਵਾ ਜਾਣਾ ਜਿਹੜਾ ਵੱਡੇ ਵੱਡੇ ਉੱਡਦੇ ਵੇ ਵੀਰੇ ਡੋਣੇ ਜੇ ਕੱਲ੍ਹ ਸਾਰੇ ਆਪਣੇ ਕੋਲ ਆਪਣੇ ਡੋਣ ਜੋਗਾ ਟਾਈਮ ਨਹੀਂ ਹੈਗਾ ਲੁੱਟਣ ਜੋਗਾ ਟਾਈਮ ਹੈਗਾ ਪਹਿਲਾ ਡੋਰੀ ਉਹ ਚੱਲ ਕੁਝ ਨਹੀਂ ਹੁੰਦਾ ਯਾਰ ਹਵਾ ਬੰਦ ਹੋ ਗਈ ਹੋਈ ਆ ਆ ਵੇਲੇ ਤੁਨਕੇ ਮਾਰੇ ਰਹਿ ਗਏ ਸਾਰੇ ਮੈਂ ਤੇ ਖਿੰਚੇ ਖਾ ਲਏ 8-10 ਯਾਰ ਉਹ ਕਿੰਨੇ ਗੁੱਡੇ ਫੜ ਲਏ ਅਸੀਂ ਆ ਵੇਖ ਲਓ ਇੱਕ ਆ ਵਾ ਇੱਕ ਆ ਯਾਰ ਡਿਜ਼ਾਈਨ ਚੈੱਕ ਕਰੋ ਗੁੱਡੇ ਦਾ ਇੱਕ ਆ ਫੜਿਆ ਸੀ ਅਸੀਂ ਸੱਤ ਰੰਗੀ ਦੋ ਤਾਵਾ ਵਾ ਵੀਰੇ 2 ਫੁੱਟ ਦਾ ਕਿ 1 ਫੁੱਟ ਦਾ ਵਾਲਾ ਡੇਢ ਡੇਢ ਤਾਂ ਵੀ ਆ ਤੇ ਫਾਈਨਲੀ ਗਾਇਸ ਗੁੱਡੀ ਗੱਡੀ ਡਡਾ ਲਈ ਯਾਰ ਇੰਨਾ ਨੇਰਾ ਪੈ ਗਿਆ ਨਾਲ ਥੱਕ ਚੁੱਕੇ ਹਾਂ ਸਵੇਰ ਦਾ ਨਾਸ਼ਤਾ ਵੀ ਨਹੀਂ ਕੀਤਾ ਬਸ ਉਹੀ ਮਾੜੇ ਮੋਟੇ ਪਕੌੜੇ ਖਾਧੇ ਰਹੇ ਦੋ ਚਾਰ ਚਿਪਸ ਦੇ ਪੈਕਟ ਖਾਧੇ ਬਸ ਯਾਰ ਇੱਕ ਗੁਬਾਰਾ ਲਿਆਂਦਾ ਸੀ ਉਹਦੇ ਉਂਗਲਾਂ 'ਤੇ ਪਾਉਣ ਵਾਲਾ ਇੱਕ ਉਹ ਪਿਆ ਸਾਹਮਣੇ ਉਹ ਵੇਖ ਲਓ ਉਹ ਵਰਤਿਆ ਹੀ ਨਹੀਂ ਅਤੇ ਹੋਪ ਕਰਦਾ ਵਾਂ ਕਿ ਤੁਹਾਨੂੰ ਇਹ ਲੋਹੜੀ ਵਾਲਾ ਵਲੋਗ ਵਧੀਆ ਲੱਗਾ ਹੋਊਗਾ ਅਤੇ ਜੇ ਵਧੀਆ ਲੱਗਾ ਵਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਟਿਲ ਦੈਨ ਬਾਏ ਬਾਏ ਮਿਲਦੇ ਹਾਂ ਵਲੋਗ 'ਚ ਰੱਬ ਰਾਖਾ